ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਆਪਣਾ ਜਿਹੜੀਆਂ ਕਾਂਸਟੇਬਲ ਦੀਆਂ ਭਰਤੀ ਦੀ ਫਾਰਮ ਭਰੇ ਸੀ ਜਿੰਨਾ ਵੀਰਾਂ ਨੇ ਉਹਨਾਂ ਦੇ ਐਡਮਿਟ ਕਾਰਡ ਆ ਗਏ ਆ ਤੇ ਆਪਦੇ ਆਪਦੇ ਐਡਮਿਟ ਕਾਰਡ ਡਾਊਨਲੋਡ ਕਰ ਲਓ ਡਾਊਨਲੋਡ ਕਰਨ ਵਾਸਤੇ ਮੈਂ ਇਹਦਾ ਲਿੰਕ ਆ ਜਿਹੜਾ ਉਹ ਥੱਲੇ ਡਿਸਕ੍ਰਿਪਸ਼ਨ ਚ ਦੇ ਦਿੱਤਾ ਤੁਸੀਂ ਉਹਨੂੰ ਖੋਲ੍ਹ ਕੇ ਵੀ ਡਾਊਨਲੋਡ ਕਰ ਸਕਦੇ ਆ ਆਹ ਜਿਸ ਤਰ੍ਹਾਂ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਨਾਲ ਦੀ ਨਾਲ ਇਹ ਦੇਖ ਲਓ ਤੇ ਨਾਲ ਦੀ ਨਾਲ ਆਪਾਂ ਚਾਰ ਗੱਲਾਂ ਕਰਾਂਗੇ ਇਸ ਭਰਤੀ ਬਾਰੇ ਇਹਦੇ ਵਿੱਚ ਤਕਰੀਬਨ ਦੋਸਤੋ 4.5-5 ਲੱਖ ਆ ਜਿਹੜਾ ਇਹ ਉਹ ਰਜਿਸਟ੍ਰੇਸ਼ਨ ਹੋਈ ਆ ਜਿਨ੍ਹਾਂ ਨੇ ਵੱਖ-ਵੱਖ ਸੈਂਟਰਾਂ ਤੇ ਪੇਪਰ ਦੇਣਾ ਹੈ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੈਣੀਗੀ ਤੇ OMR ਸ਼ੀਟ ਦੇ ਵਿੱਚ ਤੁਸੀਂ ਰੋਲ ਨੰਬਰ ਫਿਲ ਕਰਨਾ ਤੇ ਅਟੈਂਡੈਂਸ ਸ਼ੀਟ ਦੇ ਵਿੱਚ ਜਿਹੜਾ ਰੋਲ ਨੰਬਰ ਆ ਉਹ ਫਿਲ ਕਰਨਾ ਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਤੁਸੀਂ ਆਪਣਾ ਐਡਮਿਟ ਕਾਰਡ ਚੈੱਕ ਕਰਕੇ ਉਹਦੇ ਤੇ 10 ਜਾਂ 11 ਜਿੰਨੇ ਦਾ ਵੀ ਟਾਈਮ ਹੈ ਟਾਈਮ ਚੈੱਕ ਕਰੋ ਵੀ ਮੇਰਾ ਐਸ ਟਾਈਮ ਦੇ ਉੱਤੇ ਪੇਪਰ ਹੈ ਤੇ ਰਿਪੋਰਟਿੰਗ ਟਾਈਮ ਬਿਲਕੁਲ ਰਿਪੋਰਟਿੰਗ ਟਾਈਮ ਤੇ ਪਹੁੰਚਣ ਦੀ ਕੋਸ਼ਿਸ਼ ਕਰੋ ਜਿਹੜਾ ਥੋੜਾ ਮੋਟਾ ਲੇਟ ਹੋ ਗਿਆ ਉਸ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ ਜਾਊਗਾ ਫੇਰ ਕੁਝ ਨਾਲ ਚੀਜ਼ ਤੁਸੀਂ ਕੁਝ ਵੀ ਨਹੀਂ ਲੈ ਕੇ ਜਾਣੀ ਜੇਕਰ ਤੁਹਾਡੇ ਨਾਲ ਕੋਈ ਸਾਥੀ ਆ ਜਿਹੜਾ ਤੁਹਾਡੇ ਨਾਲ ਜਾਊਗਾ ਫੇਰ ਤਾਂ ਠੀਕ ਆ ਉਹਨੂੰ ਬਾਹਰ ਬਹਿਜੂਗਾ ਤੇ ਸਭ ਕੁਝ ਫੜ ਲੂਗਾ ਪਰ ਜੇ ਤੁਸੀਂ ਇਕੱਲੇ ਹੀ ਜਾ ਰਹੇ ਹੋ ਨਾ ਤਾਂ ਕੁਝ ਵੀ ਨਾਲ ਲੈ ਕੇ ਨਾ ਜਾਓ ਸਵਾਏ ਇੱਕ ਆਧਾਰ ਕਾਰਡ ਦੀ ਕਾਪੀ ਜਾਂ ਵੋਟਰ ਕਾਰਡ ਜਾਂ ਪੈਨ ਕਾਰਡ ਆਈਡੀ ਕਾਰਡ ਦੀ ਕਾਪੀ ਇੱਕ ਚਾਹੀਦੀ ਆ ਤੇ ਇੱਕ ਫੋਟੋ ਤੁਸੀਂ ਐਡਮਿਟ ਕਾਰਡ ਦੇ ਉੱਪਰ ਚਿਪਕਾਉਣੀ ਆ ਤੇ ਇੱਕ ਨਾਲ ਰੱਖ ਲਓ ਇਹ ਚੀਜ਼ਾਂ ਚਾਹੀਦੀਆਂ ਇਸ ਤੋਂ ਬਿਨਾ ਕੁਝ ਹੋਰ ਨਹੀਂ ਚਾਹੀਦਾ ਜਿਹੜਾ ਪੈਨ ਆ ਉਹ ਵੀ ਤੁਹਾਨੂੰ ਅੰਦਰ ਦਿੱਤਾ ਜਾਊਗਾ ਕੋਈ ਜਿਓਮੈਟਰੀ ਬਾਕਸ ਕੋਈ ਸਕੇਲ ਵਗੈਰਾ ਕੁਝ ਵੀ ਨਾਲ ਲਿਜਾਣ ਦੀ ਜ਼ਰੂਰਤ ਨਹੀਂ ਗਈ ਕੋਈ ਚਸ਼ਮਾ ਕੜੀ ਹੈਂਡ ਬੈਗ ਕੁਝ ਵੀ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਊਗਾ ਤੁਹਾਨੂੰ ਪਤਾ ਹੀ ਹੈ ਸ਼ਾਇਦ ਤੁਹਾਨੂੰ ਯਾਦ ਹੋਊਗਾ ਪਟਵਾਰੀ ਦੀ ਭਰਤੀ ਵੇਲੇ ਕੀ ਹਾਲ ਹੋਇਆ ਸੀ ਲੋਕਾਂ ਦੀਆਂ ਬਹੁਤ ਚੀਜ਼ਾਂ ਜਿਹੜੀਆਂ ਉਹ ਬਾਹਰ ਹੀ ਗਵਾਚ ਗਈਆਂ ਕਈਆਂ ਦੇ ਨਾਲ ਕੋਈ ਹੈ ਨਹੀਂ ਸੀਗਾ ਉਹਨਾਂ ਨੂੰ ਬਾਹਰ ਹੀ ਛੱਡ ਕੇ ਜਾਣਾ ਪਿਆ ਤੇ ਆਉਂਦਿਆਂ ਨੂੰ ਫਿਰ ਉਹਨਾਂ ਦੀਆਂ ਕਈ ਕੀਮਤੀ ਚੀਜ਼ਾਂ ਗੁੰਮ ਹੋ ਗਈਆਂ ਕਈਆਂ ਦੀਆਂ ਚੀਜ਼ਾਂ ਫਿਰ ਉਹ ਮਿਲੀਆਂ ਨਹੀਂ ਇਸ ਕਰਕੇ ਕੋਸ਼ਿਸ਼ ਕਰੋ ਵੀ ਆਪਦੇ ਨਾਲ ਕੁਝ ਵੀ ਨਾ ਲੈ ਕੇ ਜਾਓ ਖਾਸ ਕਰਕੇ ਮੋਬਾਈਲ ਫੋਨ ਇਹੋ ਜਿਹੀਆਂ ਚੀਜ਼ਾਂ ਨਾਲ ਨਾ ਲੈ ਕੇ ਜਾਓ ਜੇ ਲੈ ਕੇ ਵੀ ਜਾਣੀਆਂ ਤਾਂ ਨਾਲ ਤੁਹਾਡਾ ਜਿਹੜਾ ਕੋਈ ਸਾਥੀ ਜਾਂਦਾ ਉਹਨੂੰ ਫੜਾ ਦਿਓ ਕਿਉਂਕਿ ਆਮ ਤੌਰ ਤੇ ਸੈਂਟਰਾਂ ਦੇ ਵਿੱਚ ਵੇਖਿਆ ਪਿਛਲੀ ਵਾਰ ਵੀ ਦੇਖਿਆ ਪਟਵਾਰੀ ਦੇ ਪੇਪਰ ਵੇਲੇ ਵੀ ਕੋਈ ਪ੍ਰਬੰਧ ਨਹੀਂ ਸੀ ਉੱਥੇ ਰੱਖਣ ਦਾ ਇਸ ਕਰਕੇ ਧਿਆਨ ਰੱਖੋ ਮਿਹਰਬਾਨੀ ਧੰਨਵਾਦ ਸ਼ੁਕਰੀਆ